ਗੱਲ ਜਾਇਜ਼ ਹੈ ਕਿ ਨਹੀਂ? ਜਿਹੜਾ ਆਪਾਂ ਭਾਜੀ ਹਰ ਇੱਕ ਨੂੰ ਪਵੇ ਕਿ ਅੱਜ ਕੱਲ੍ਹ ਕਈ ਦੁਨੀਆ ਦੇ ਵਿੱਚ ਛੋਟੇ ਛੋਟੇ ਬੱਚੇ ਐਸੇ ਭਾਜੀ ਜਿਹਨਾਂ ਨੇ ਕਦੇ ਕੇਕ ਨੀ ਖਾਧਾ ਹੋਣਾ, ਹੈਗੇ ਆਪਾਂ ਦੇਖਿਆ ਨਾ ਸਾਰੀ ਦੁਨੀਆ ਨੂੰ ਇਹ ਗੱਲ ਪਤਾ। ਜੇ ਕੋਈ ਕਵੇ ਨਹੀਂ ਨਹੀਂ ਮੇਰੇ ਕੋਲ ਤਾਂ ਐਸੇ ਲੋਕਾਂ ਕੋ ਪਤਾ ਨੀ, ਮਤਲਬ ਝੂਠਾ ਫਰੀਬੀ ਆ ਨਾ। ਜਿਹੜੇ ਲੋਕੀ ਇੱਕ 400-500 ਲਾਈਕ ਪਿੱਛੇ ਜਾਂ ਆਪਣੀ ਫੋਕੀ ਟੋਰ ਪਿੱਛੇ ਜਾਂ ਇੰਪ੍ਰੈਸ ਕਰਨ ਪਿੱਛੇ ਕਿਸੇ ਨੂੰ ਵੀ, ਮੈਂ ਗੱਲ ਨੀ ਕਰੂੰਗਾ ਹੁਣ ਜ਼ਿਆਦਾ ਕੋਰੀ, ਕੁਛ ਵੀ ਕਰਨ ਵਾਸਤੇ ਜਿਹੜਾ ਤੁਸੀਂ ਕੇਕ ਖਰਾਬ ਕਰਦੇ ਹੋ, ਜਾਇਜ਼ ਗੱਲ ਆ ਭਾਜੀ ਕੇਕ ਖਰਾਬ ਕਰਨਾ? ਚਲੋ ਜਨਤਾ ਕੇਕ ਵੇਸਟ ਕਰ ਰਹੀ ਹੈ ਗੱਲ ਥੋੜੀ ਜਿਹੀ ਸਮਝ ਆਉਂਦੀ ਆ, ਪਰ ਜਦੋਂ ਕੋਈ ਸੈਲੀਬ੍ਰਿਟੀ ਕੇਕ ਵੇਸਟ ਕਰਕੇ ਦਿਖਾਉਂਦਾ ਨਾ ਕਿ ਮੇਰੇ ਦੇਖੋ ਕਿੰਨੇ ਯਾਰ ਦੋਸਤ ਹੈ, ਬਈ 20 ਕੇਕ ਲੈ ਕੇ ਆਏ ਮੈਨੂੰ ਲਪੇਟਦਾ, ਉਹਨਾਂ ਚਵਲਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਫੋਲੋ ਲੱਖਾਂ ਲੋਕੀ ਕਰ ਰਹੇ। ਜੇ ਅੱਜ ਇੰਸਟਾਗ੍ਰਾਮ ਤੇ ਭਾਜੀ ਮੇਰੇ 2 ਲੱਖ ਫੋਲੋਵਰਸ ਹੈ, ਮੈਂ ਜੇ ਉੱਥੇ ਕੋਈ ਗਲਤ ਚੀਜ਼ ਪਾ ਰਿਹਾ, ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਕਿ ਉਹ ਲੋਕੀ ਫੋਲੋ ਕਰਨਗੇ? ਤਾਂ ਇਹਨਾਂ ਨੂੰ ਅਕਲ ਨਹੀਂ ਆਉਂਦੀ ਭਾਜੀ ਸਿੰਗਰਾਂ ਐਕਟਰਾਂ ਨੂੰ ਕਿ ਜਿਹੜਾ ਤੁਸੀਂ ਚੰਗਾ ਦਾ ਕੀ ਦਿਖਾਉਣਾ ਯੂਥ ਨੂੰ। ਜਦੋਂ ਮੈਂ ਕਹਿੰਦਾ ਰੈਂਜੀ ਨੂੰ ਪ੍ਰਮੋਟ ਕਰ ਦਿਉ ਤਾਂ ਦੰਦਲ ਪੈ ਜਾਂਦੇ ਆ, ਪਰ ਕੇਕ ਵੇਸਟੇ ਦੀ ਜਦੋਂ ਵੀਡੀਓ ਆਪ ਦਿਖਾਉਂਦੇ ਪੂਰਾ ਲਿਬੜੇ ਉੱਪਰੋਂ ਦੀ ਥੱਲੇ ਤੱਕ।